मॉर्निंग स्टूडेंट्स बेटे, अज अपन ने करना है चैप्टर नंबर 15 अहमद शाह अब्दाली दे हमले। हमलों बारे जानने तो पहला आपां गल करते हैं अहमद शाह अब्दाली दी कि अहमद शाह अब्दाली कौन सीगा। अहमद शाह अब्दाली सी जिहड़ा वो अफगानिस्तान का एक शासक सी। 1747 ईस्वी के विच वो अफगानिस्तान का शासक बनिया सी। 1773 ईस्वी विच तक इस अहुदे ते रहा सी। इस समय के दौरान जिहड़ा उस वह इंडिया आया ते उसने पंजाब उत्ते 8 वार जिहड़ा हमले किते। उसने 1752 ईस्वी विच मुगल सूबेदार मीर मन्नू नू हरा के पंजाब नू जिहड़ा अफगानिस्तान सामराज दे विच शामिल कर लिया सीगा अहमद शाह अब्दाली। उसने जिहड़े पंजाब नू हड़प्पण तो बाद जिहड़े पंजाब दे विच अपने सूबेदार बनाए सी उन्होंने रल के जिहड़ा पंजाब दे सिखां दे उत्ते बहुत सारे जिहड़े जुल्म कीते। 1762 ईस्वी दे विच ਵੱਡੇ ਘੱਲੂਘਾਰੇ ਵਿੱਚ ਅਬਦਾਲੀ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੀ ਜਿਹੜਾ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ। ਇਹਨਾਂ ਸਭ ਦੇ ਬਾਵਜੂਦ ਵੀ ਜਿਹੜੇ ਸਿੱਖ ਸੀ ਉਹ ਚਟਾਨ ਵਾਂਗੂ ਅੜੇ ਰਹੇ ਅਤੇ ਉਹਨਾਂ ਨੇ ਆਪਣੇ ਛਾਪਾ ਮਾਰ ਯੁੱਧ ਪ੍ਰਣਾਲੀ ਰਾਹੀਂ ਭਾਵ ਕੇ ਗੁਰੀਲਾ ਯੁੱਧ ਪ੍ਰਣਾਲੀ ਰਾਹੀਂ ਸੀ ਜਿਹੜਾ ਅਹਿਮਦ ਸ਼ਾਹ ਅਬਦਾਲੀ ਨੂੰ ਕਰਾਰਾ ਜਵਾਬ ਦਿੱਤਾ। ਸਿੱਖਾਂ ਨੇ 1765 ਈਸਵੀ ਵਿੱਚ ਲਾਹੌਰ ਉੱਤੇ ਕਬਜ਼ਾ ਕਰਕੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ ਸੀ। ਅਬਦਾਲੀ ਆਪਣੇ ਸਾਰੇ ਯਤਨਾਂ ਦੇ ਬਾਵਜੂਦ ਵੀ ਸੀ ਜਿਹੜਾ ਪੰਜਾਬ ਦੇ ਵਿੱਚੋਂ ਸਿੱਖਾਂ ਦੀ ਸ਼ਕਤੀ ਨੂੰ ਖਤਮ ਨਾ ਕਰ ਸਕਿਆ। ਦਰਅਸਲ ਉਸ ਦੀ ਅਸਫਲਤਾ ਦੇ ਕਈ ਕਾਰਨ ਜ਼ਿੰਮੇਵਾਰ ਸੀਗੇ। ਉਸ ਦੀ ਅਸਫਲਤਾ ਦੇ ਕਿਹੜੇ ਕਿਹੜੇ ਕਾਰਨ ਜ਼ਿੰਮੇਵਾਰ ਸੀ ਇਹਨਾਂ ਦੀ ਗੱਲ ਆਪਾਂ ਬਾਅਦ 'ਚ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਉਸ ਨੇ ਪੰਜਾਬ ਦੇ ਉੱਤੇ 8 ਹਮਲੇ ਕੀਤੇ ਸੀ ਉਹ ਹਮਲੇ ਉਸਨੇ ਕਿਉਂ ਕੀਤੇ ਸੀ, ਉਹਨਾਂ ਹਮਲਿਆਂ ਦੇ ਕੀ ਕਾਰਨ ਸੀਗੇ। ਅੱਗੇ ਆਪਾਂ ਕਰਦੇ ਹਾਂ ਅਬਦਾਲੀ ਦੇ ਹਮਲਿਆਂ ਦੇ ਕਾਰਨ। ਅਹਿਮਦ ਸ਼ਾਹ ਅਬਦਾਲੀ ਨੇ 1747 ਈਸਵੀ ਤੋਂ ਲੈ ਕੇ 1767 ਈਸਵੀ ਦੇ ਸਮੇਂ ਦੇ ਦੌਰਾਨ ਸੀ ਜਿਹੜਾ ਪੰਜਾਬ ਉੱਤੇ 8 ਵਾਰ ਹਮਲੇ ਕੀਤੇ ਸੀ। ਇਸ ਦਾ ਫਸਟ ਕਾਰਨ ਹੈਗਾ ਅਬਦਾਲੀ ਦੀ ਇੱਛਾ। ਅਹਿਮਦ ਸ਼ਾਹ ਅਬਦਾਲੀ ਸੀ ਜਿਹੜਾ ਉਹ ਬਹੁਤ ਉੱਚੇ ਮਨਸੂਬਿਆਂ ਵਾਲਾ ਸ਼ਾਸਕ ਸੀ। ਉਹ ਅਫਗਾਨਿਸਤਾਨ ਦੇ ਆਪਣੇ ਛੋਟੇ ਜਿਹੇ ਜਿਹੜਾ ਸਾਮਰਾਜ ਤੋਂ ਖੁਸ਼ ਨਹੀਂ ਸੀ, ਇਸ ਲਈ ਉਹ ਪੰਜਾਬ ਅਤੇ ਭਾਰਤ ਦੇ ਹੋਰ ਸਾਰੀਆਂ ਸਟੇਟਾਂ ਉੱਤੇ ਜਿੱਤ ਪ੍ਰਾਪਤ ਕਰਕੇ ਆਪਣੇ ਸਾਮਰਾਜ ਨੂੰ ਹੋਰ ਵਧਾਉਣਾ ਚਾਹੁੰਦਾ ਸੀ। ਆਪਣੀ ਇਸ ਇੱਛਾ ਦੀ ਪੂਰਤੀ ਲਈ ਅਬਦਾਲੀ ਨੇ ਸਭ ਤੋਂ ਪਹਿਲਾਂ ਪੰਜਾਬ ਉੱਤੇ ਹਮਲੇ ਕਰਨ ਦਾ ਜਿਹੜਾ ਫੈਸਲਾ ਕੀਤਾ। ਨੈਕਸਟ ਹੈਗਾ ਭਾਰਤ ਦੀ ਅਥਾਹ ਧਨ ਦੌਲਤ। ਅਥਾਹ ਮੀਨਜ ਬਹੁਤ ਜ਼ਿਆਦਾ, ਭਾਰਤ ਦੀ ਬਹੁਤ ਜ਼ਿਆਦਾ ਧਨ ਦੌਲਤ। ਉਸ ਸਮੇਂ ਇੰਡੀਆ ਸੀ ਜਿਹੜਾ ਇੱਕ ਬਹੁਤ ਹੀ ਅਮੀਰ ਦੇਸ਼ ਸੀਗਾ। ਉਸ ਦੀ ਜਿਹੜੀ ਧਨ ਦੌਲਤ ਸੀ ਉਸ ਦੇ ਉੱਤੇ ਜਿਹੜੀ ਅਬਦਾਲੀ ਦੀ ਨਿਗਾਹ ਸੀਗੀ ਉਹ ਭਾਰਤ ਦੀ ਧਨ ਦੌਲਤ ਨੂੰ ਸੀ ਜਿਹੜਾ ਹੜੱਪਣਾ ਚਾਹੁੰਦਾ ਸੀਗਾ। ਉਸ ਧਨ ਦੌਲਤ ਨੂੰ ਪ੍ਰਾਪਤ ਕਰਨ ਦੀ ਇੱਛਾ ਕਰਕੇ ਵੀ ਜਿਹੜਾ ਇਸਨੇ ਇਹ ਹਮਲੇ ਕੀਤੇ ਕਿ ਉਹ ਹਮਲੇ ਕਰਕੇ ਇੱਥੋਂ ਸਭ ਕੁਝ ਲੁੱਟ ਕੇ ਲੈ ਜਾਵੇਗਾ। ਇਹ ਵੀ ਉਸਦੇ ਹਮਲਿਆਂ ਦਾ ਮੇਨ ਕਾਰਨ ਸੀਗਾ। ਨੈਕਸਟ ਕਾਰਨ ਸੀ ਉਹਨਾਂ ਦੇ ਹਮਲਿਆਂ ਦਾ ਅਫਗਾਨਿਸਤਾਨ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ। ਉਹ ਲਾਗੇ ਦੇ ਜਿਹੜੇ ਇਲਾਕਿਆਂ ਦੇ ਉੱਤੇ ਜਿੱਤ ਪ੍ਰਾਪਤ ਕਰਕੇ ਯੁੱਧ ਕਰਕੇ ਉਹਨਾਂ ਨੂੰ ਜਿੱਤ ਕੇ ਅਫਗਾਨਿਸਤਾਨ ਦੇ ਵਿੱਚ ਜਿਹੜੀ ਆਪਣੀ ਸਥਿਤੀ ਸੀ ਉਸਨੂੰ ਹੋਰ ਜ਼ਿਆਦਾ ਜਿਹੜਾ ਮਜ਼ਬੂਤ ਕਰਨਾ ਚਾਹੁੰਦਾ ਸੀ। ਇਸ ਉਦੇਸ਼ ਦੀ ਪੂਰਤੀ ਲਈ ਵੀ ਉਸਨੇ ਸੀ ਜਿਹੜਾ ਪੰਜਾਬ ਉੱਤੇ ਹਮਲੇ ਕੀਤੇ। ਨੈਕਸਟ ਕਾਰਨ ਹੈਗਾ ਪੰਜਾਬ ਦੀ ਅਨੁਕੂਲ ਰਾਜਨੀਤਿਕ ਦਸ਼ਾ। ਮਤਲਬ ਕਿ ਉਸ ਸਮੇਂ ਜਿਹੜੀ ਭਾਰਤ ਦੀ ਰਾਜਨੀਤਿਕ ਦਸ਼ਾ ਸੀ ਉਹ ਉਸਦੇ ਹਮਲੇ ਕਰਨ ਦੇ ਯੋਗ ਸੀਗੀ, ਕਿਉਂਕਿ ਉਸ ਸਮੇਂ ਭਾਰਤ ਵਿੱਚ ਚਾਰੇ ਪਾਸੇ ਸੀ ਜਿਹੜੀ ਅਰਾਜਕਤਾ ਫੈਲੀ ਹੋਈ ਸੀ। ਪੰਜਾਬ ਵਿੱਚ ਜਿਹੜੇ ਮੁਗਲ ਸੀਗੇ ਉਹਨਾਂ ਦਾ ਤੇਜ਼ੀ ਨਾਲ ਪਤਨ ਹੋਣ ਲੱਗਿਆ ਸੀ, ਕਿਉਂਕਿ ਸਿੱਖਾਂ ਨੇ ਮੁਗਲ ਸੂਬੇਦਾਰਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਸੀ। ਇਸ ਅਰਾਜਕਤਾ ਭਰੀ ਸਥਿਤੀ ਦਾ ਫਾਇਦਾ ਉਠਾ ਕੇ ਅਹਿਮਦ ਸ਼ਾਹ ਅਬਦਾਲੀ ਨੇ ਸੀ ਜਿਹੜਾ ਪੰਜਾਬ ਉੱਤੇ ਹਮਲੇ ਕਰਨ ਦਾ ਫੈਸਲਾ ਕੀਤਾ। ਨੈਕਸਟ ਇਹਦਾ ਕਾਰਨ ਹੈਗਾ ਅਬਦਾਲੀ ਦਾ ਭਾਰਤ ਸੰਬੰਧੀ ਪੂਰਵ ਗਿਆਨ। ਮਤਲਬ ਕਿ ਅਬਦਾਲੀ ਦਾ ਭਾਰਤ ਬਾਰੇ ਪੁਰਾਣਾ ਗਿਆਨ ਸੀ। ਅਬਦਾਲੀ ਪਹਿਲਾਂ ਜਦੋਂ ਨਾਦਰ ਸ਼ਾਹ ਦੇ ਹਮਲੇ ਦੇ
ਹਮਲਿਆਂ ਦੇ ਸਮੇਂ ਉਸ ਦੇ ਸੈਨਾਪਤੀ ਦੇ ਰੂਪ ਵਿੱਚ ਭਾਰਤ ਆਇਆ ਸੀ ਤਾਂ ਉਸ ਨੇ ਉੱਥੋਂ ਦੀ ਖਾਸ ਕਰਕੇ ਪੰਜਾਬ ਅਤੇ ਦਿੱਲੀ ਦੀ ਜਿਹੜੀ ਰਾਜਨੀਤਿਕ ਸਥਿਤੀ ਸੀ ਅਤੇ ਇੱਥੋਂ ਦੀ ਫੌਜ ਦੀ ਜਿਹੜੀ ਲੜਾਈ ਦੇ ਢੰਗ ਸੀਗੇ ਉਹਨਾਂ ਬਾਰੇ ਪਹਿਲਾਂ ਹੀ ਜਾਣਕਾਰੀ ਪ੍ਰਾਪਤ ਕਰ ਲਈ ਸੀ। ਸੋ ਇਸ ਨੂੰ ਪਤਾ ਚੱਲ ਗਿਆ ਸੀ ਕਿ ਜਿਹੜੇ ਮੁਗਲ ਸਾਮਰਾਜ ਹੈ ਉਹ ਇੱਕ ਰੇਤ ਦੇ ਮਹਿਲ ਦੀ ਤਰ੍ਹਾਂ ਜਿਹੜਾ ਥੋੜ੍ਹੀ ਜਿਹੀ ਹਨੇਰੀ ਨਾਲ ਵੀ ਢਹਿ ਢੇਰੀ ਹੋ ਜਾਵੇਗਾ। ਭਾਵ ਕਿ ਉਸ ਸਮੇਂ ਸੀ ਜਿਹੜਾ ਪੰਜਾਬ ਦੇ ਵਿੱਚ ਮੁਗਲ ਰਾਜ ਕਰ ਰਹੇ ਸੀਗੇ ਪਰ ਉਹ ਬਿਲਕੁਲ ਆਪਣੇ ਖਾਤਮੇ ਦੀ ਔਰ ਵੱਧ ਰਹੇ ਸੀ। ਉਹਨਾਂ ਦੀ ਸਥਿਤੀ ਸੀ ਜਿਹੜੀ ਬਿਲਕੁਲ ਕਮਜ਼ੋਰ ਹੋ ਰਹੀ ਸੀਗੀ ਕਿਉਂਕਿ ਸਿੱਖਾਂ ਨੇ ਉਹਨਾਂ ਦੀ ਸਥਿਤੀ ਨੂੰ ਬਹੁਤ ਜਿਹੜਾ ਸੀਗਾ ਖਰਾਬ ਕਰ ਰੱਖਿਆ ਸੀ। ਸੋ ਅਬਦਾਲੀ ਨੂੰ ਇਹ ਸਾਰੀਆਂ ਗੱਲਾਂ ਪਤਾ ਸੀਗੀਆਂ, ਉਸ ਨੂੰ ਪੁਰਾਣਾ ਗਿਆਨ ਸੀਗਾ ਇੰਡੀਆ ਦੇ ਬਾਰੇ, ਇਸ ਕਰਕੇ ਇਸ ਲਈ ਸੁਤੰਤਰ ਸ਼ਾਸਕ ਬਣਨ ਤੋਂ ਬਾਅਦ ਜਿਹੜਾ ਅਬਦਾਲੀ ਨੇ ਇਸ ਸਥਿਤੀ ਦਾ ਪੂਰਾ ਲਾਭ ਉਠਾਇਆ। ਨੈਕਸਟ ਹੈਗਾ ਸ਼ਾਹਨਵਾਜ਼ ਖਾਂ ਦਾ ਸੱਦਾ। 1745 ਈਸਵੀ ਦੇ ਵਿੱਚ ਜਿਹੜਾ ਮੁਗਲ ਬਾਦਸ਼ਾਹ ਜ਼ਕਰੀਆ ਖਾਂ ਦੀ ਮੌਤ ਹੋ ਗਈ ਸੀ ਅਤੇ ਉਹਨਾਂ ਦੇ ਵੱਡੇ ਪੁੱਤਰ ਜ਼ਾਹੀਆ ਖਾਂ ਨੂੰ ਸੀ ਜਿਹੜਾ ਲਾਹੌਰ ਦਾ ਨਵਾਂ ਸੂਬੇਦਾਰ ਬਣਾਇਆ ਗਿਆ ਸੀ। ਇਸ ਗੱਲ ਉਸ ਦਾ ਜਿਹੜੀ ਗੱਲ ਸੀ ਉਸ ਦਾ ਛੋਟਾ ਭਰਾ ਸੀ ਜਿਹੜਾ ਸ਼ਾਹਨਵਾਜ਼ ਖਾਂ ਸਹਿਣ ਨਹੀਂ ਕਰ ਸਕਦਾ ਸੀ ਕਿਉਂਕਿ ਉਹ ਕਾਫੀ ਸਮੇਂ ਤੋਂ ਜਿਹੜਾ ਲਾਹੌਰ ਦੀ ਸੂਬੇਦਾਰੀ ਪ੍ਰਾਪਤ ਕਰਨ ਦੇ ਸੁਪਨੇ ਵੇਖ ਰਿਹਾ ਸੀ। ਉਸ ਨੇ 1746 ਈਸਵੀ ਦੇ ਅੰਤ ਵਿੱਚ ਯਾਹੀਆ ਖਾਂ ਵਿਰੁੱਧ ਜੰਗ ਕਰਨ ਦਾ ਐਲਾਨ ਕਰ ਦਿੱਤਾ। ਦੋਵਾਂ ਭਰਾਵਾਂ ਵਿਚਾਲੇ ਸੀ ਜਿਹੜੀ ਜੰਗ 4 ਮਹੀਨਿਆਂ ਤੱਕ ਚੱਲਦੀ ਰਹੀ। ਇਸ ਵਿੱਚ ਅੰਤ ਸ਼ਾਹਨਵਾਜ਼ ਖਾਂ ਜੇਤੂ ਰਿਹਾ। ਉਸਨੇ ਜਾਈਆ ਖਾਂ ਨੂੰ ਕੈਦ ਕਰ ਲਿਆ ਅਤੇ ਆਪ ਲਾਹੌਰ ਦਾ ਸੂਬੇਦਾਰ ਬਣ ਗਿਆ। ਦਿੱਲੀ ਦਾ ਵਜ਼ੀਰ ਕਮਰੂਦੀਨ ਜੋ ਕਿ ਜਾਹੀਆ ਖਾਂ ਦਾ ਸਹੁਰਾ ਸੀ ਇਹ ਸਹਿਣ ਨਾ ਕਰ ਸਕਿਆ। ਉਸ ਦੇ ਉਕਸਾਉਣ 'ਤੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਨੇ ਸ਼ਾਹਜਵਾਨ ਖਾਂ ਨੂੰ ਲਾਹੌਰ ਦਾ ਸੂਬੇਦਾਰ ਮੰਨਣ ਤੋਂ ਇਨਕਾਰ ਕਰ ਦਿੱਤਾ। ਅਜਿਹੀ ਸਥਿਤੀ ਵਿੱਚ ਜਿਹੜਾ ਸ਼ਾਹਨਵਾਜ਼ ਖਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਭਾਰਤ ਉੱਤੇ ਹਮਲੇ ਕਰਨ ਦਾ ਸੱਦਾ ਭੇਜਿਆ। ਅਬਦਾਲੀ ਅਜਿਹੇ ਹੀ ਸੁਨਹਿਰੀ ਮੌਕੇ ਦੀ ਜਿਹੜਾ ਸੀ ਭਾਲ ਵਿੱਚ ਸੀਗਾ, ਇਸੇ ਕਾਰਨ ਕਰਕੇ ਅਬਦਾਲੀ ਭਾਰਤ ਉੱਤੇ ਹਮਲੇ ਕਰਨ ਲਈ ਆਇਆ। ਸੋ ਇਹ ਸੀਗੇ ਅਹਿਮਦ ਸ਼ਾਹ ਅਬਦਾਲੀ ਦੇ ਭਾਰਤ ਉੱਤੇ ਕੀਤੇ ਹਮਲਿਆਂ ਦੇ ਕਾਰਨ।